ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹਰ ਮਹੀਨੇ ਹੋਵੇ, ਨਹੀਂ ਹੋ ਸਕਦਾ ਤੇ 50 ਪਾਠ ਸੁਖਮਣੀ ਦੇ ਕਰ ਲਓ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ। 250 ਪਾਠ ਜਪਜੀ ਸਾਹਿਬ ਦਾ ਕਰ ਲਓ, ਮਾਲਾ ਕਰ ਲਓ। ਜਦੋਂ ਦਾਸ ਵੀ ਸੰਤਾਂ ਨਾਲ ਅੰਮ੍ਰਿਤ ਛਕਾਉਂਦਾ ਸੀ, ਬਾਬਾ ਗੀਜਾ ਸੁਣਨ ਨਾਲ ਕਿਤੇ ਜਾਣਾ, ਉਹਨਾਂ ਕੋਲ ਸਿੰਘ ਘੱਟ ਹੁੰਦੇ ਸੀ, ਬਾਬਾ ਜੀ ਨੇ ਭੇਜ ਦੇਣਾ ਸੰਤ ਭਜਨ ਸਿੰਘਾਂ ਦੇ ਨਾਲ। ਤਾਂ ਪੰਜ ਪਿਆਰਿਆਂ ਦੇ ਜਹੇਦਾਰ ਕਹਿੰਦੇ ਸੀ, ਬਈ ਜਿੰਨਾ ਚਿਰ ਪੰਜ ਬਾਣੀਆਂ ਦਾ ਨਿਤਨੇਮ ਹੁੰਦਾ ਹੈ, ਜੇ ਨਹੀਂ ਕੋਈ ਕਰ ਸਕਦਾ ਉਨਾ ਚਿਰ ਵਾਹਿਗੁਰੂ ਵਾਹਿਗੁਰੂ ਕਰ ਲਵੇ। ਪੰਜ ਦੁਬਦਾਸ਼ ਨਹੀਂ ਪੈਣਾ, ਅਨਪੜ੍ਹੇ ਉਹ ਨਹੀਂ ਗੁਰੂ ਗ੍ਰੰਥ ਸਾਹਿਬ ਪੜ੍ਹ ਸਕਦਾ, ਉਹ ਸੁਣ ਲਵੇ, ਨਹੀਂ ਸੁਣ ਸਕਦਾ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਫਿਰ ਦੁਬਦਾ ਕਿਉਂ? ਬਾਣੀਆਂ ਤੇ ਲੜਾਈਆਂ, ਬਾਣੇ ਤੇ ਲੜਾਈਆਂ, ਬਾਣੀ ਬਾਣਾ ਪਰਮੇਸ਼ਰ ਪਰਮੇਸ਼ਰ ਨਾਲ ਜੋੜਨ ਵਾਸਤੇ ਕਿ ਲੜਾਈਆਂ ਵਾਸਤੇ? ਕਿ ਮੇਰਾ ਆਹ ਬਾਣਾ ਤੇਰਾ ਆਹ ਬਾਣਾ, ਮੇਰੀ ਆਹ ਪੱਗ ਤੇਰੀ ਆਹ ਪੱਗ। ਕਹਿੰਦੇ ਇੱਕ ਕਰਨ ਵਾਲੇ ਹੋ, ਹੁਣ ਤੁਸੀਂ ਇੱਕ ਬਾਗ ਵਿੱਚ ਇੱਕ ਫੁਲਵਾੜੀ 'ਚ ਚਲੇ ਜਾਓ, ਸਾਰਿਆਂ ਫੁੱਲਾਂ ਨੂੰ ਉਪਦੇਸ਼ ਦਿਓ ਵੀ ਇੱਕ ਹੀ ਹੋਣਾ ਚਾਹੀਦਾ। ਗੁਲਾਬ ਤੇਰਾ ਰੰਗ ਵੱਖਰਾ ਕਿਉਂ ਹੈ? ਗੇਂਦੇ ਤੇਰਾ ਰੰਗ ਵੱਖਰਾ ਕਿਉਂ? ਐਗਲ ਦੋਦੀ ਤੇਰਾ ਰੰਗ ਵੱਖਰਾ ਕਿਉਂ? ਗੇਂਦੇ ਦੀਆਂ ਕਈ ਕਿਸਮਾਂ ਕਰ ਕਰਕੇ ਮਾਲੀ ਆਨੰਦ ਲੈਂਦਾ, ਕੋਈ ਵੱਡਾ ਫੁੱਲ ਕੋਈ ਛੋਟਾ ਫੁੱਲ ਕੋਈ ਇਹੋ ਜਿਹਾ ਗੇਂਦਾ ਹੈ। ਗੁਲਾਬ ਦੀਆਂ ਉਹਨੇ ਕਈ ਕਿਸਮਾਂ ਬਣਾ ਦੀਆਂ ਨੇ। ਇੱਕ ਗੁਲਾਬ ਨੂੰ ਕੀ ਰੰਗਾਂ 'ਚ ਵੰਡ ਦਿੱਤਾ? ਕੋਈ ਕਿਸੇ ਰੰਗ ਦਾ, ਕੋਈ ਕਿਸੇ ਰੰਗ ਦਾ ਗੁਲਾਬ, ਕੋਈ ਵੱਡਾ ਕੋਈ ਛੋਟਾ। ਮਾਲੀ ਨੂੰ ਤਾਂ ਸ਼ੌਂਕ ਹੈ, ਮੇਰਾ ਗੁਲਾਬ ਕਈ ਰੰਗਾਂ ਦਾ ਹੋਣਾ ਚਾਹੀਦਾ, ਮੇਰਾ ਗੇਂਦਾ ਗੁਲਦੌਦੀ ਹਰ। ਉਹਦੀ ਫੁਲਵਾੜੀ ਤਾਂ ਹੀ ਫੱਬਦੀ ਏ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਨਾਲ, ਤੇ ਗੁਰੂ ਨਾਨਕ ਦਾ ਪੰਥ ਵੀ ਤਾਂ ਹੀ ਫੱਬਦਾ ਏ। ਇਹਨੂੰ ਇੱਕ ਇੱਕ ਕਰੋ, ਸਾਡੇ ਕਹਿੰਦੇ ਤੁਸੀਂ ਲੰਗੋਟੀਆਂ ਲੰਘਾ ਕੇ ਕਛਹਿਰੇ ਪਵਾ ਦਿਓ, ਠੀਕ ਹੈ। ਸਾਡਾ ਸ੍ਰੀ ਚੰਦਰ ਮਹਾਰਾਜ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਦ ਤੱਕ ਚੰਦ ਤਾਰੇ ਰਹਿਣਗੇ ਉਦੋਂ ਤੱਕ ਤੇਰਾ ਪੰਥ ਚੱਲੇਗਾ। ਨਿਹੰਗ ਸਿੰਘਾਂ ਦਾ ਆਪਣਾ ਬਾਣਾ ਹੈ, ਨਾਨਕਸਰ ਵਾਲਿਆਂ ਦਾ ਆਪਣਾ ਹੈ, ਟਕਸਾਲ ਵਾਲਿਆਂ ਦਾ ਆਪਣਾ ਬਾਣਾ ਹੈ, ਹਜ਼ੂਰ ਸਾਹਿਬ ਵਾਲਿਆਂ ਦਾ ਆਪਣਾ ਹੈ, ਅੰਮ੍ਰਿਤਸਰ ਵਾਲਿਆਂ ਦਾ ਆਪਣਾ ਹੈ। ਉਹ ਖੱਟੀਆਂ ਪੱਗਾਂ ਬਣਦੇ ਆ, ਇਹ ਨੀਲੀਆਂ ਬਣਦੇ ਆ। ਉੱਥੇ ਤਾਂ ਨੀਲੀਆਂ ਵਾਲੇ ਕਥਾ ਕਰ ਲੈਂਦੇ ਆ, ਇੱਥੇ ਕਿਤੇ ਹੀ ਨੀਲੀ ਵਾਲੇ ਨੂੰ ਅੰਦਰ ਖੱਟੀ ਵਾਲੇ ਨੂੰ ਵੜਨ ਹੀ ਨਹੀਂ ਦੇਣਾ। ਚਿੱਟੀ ਵਾਲਾ ਹਰਿਮੰਦਰ ਸਾਹਿਬ 'ਚ ਵੜ ਨਹੀਂ ਸਕਦਾ। ਗੁਰੂ ਸਾਹਿਬ ਦੇ ਹੁੰਦਿਆਂ ਗੁਰੂ ਦਸਾਂ ਗੁਰੂਆਂ ਦੇ ਕੋਲ ਮੁਸਲਮਾਨਾਂ ਨੇ ਵੀ ਕੀਰਤਨ ਕੀਤਾ। ਭਾਈ ਮਰਦਾਨੇ ਦੀ ਲਾਦ ਆਈ ਵੀ ਸਾਨੂੰ ਕੀਰਤਨ ਦਾ ਸਮਾਂ ਦਿੱਤਾ ਜਾਏ ਹਰਿਮੰਦਰ ਸਾਹਿਬ। ਸਾਡੇ ਵੱਡੇ ਵਡੇਰੇ ਕਰਦੇ ਸੀ, ਕਹਿੰਦੇ ਨਹੀਂ ਜੀ ਹੁਣ ਮਰਯਾਦਾ ਆਈ, ਤੁਸੀਂ ਨਹੀਂ ਅੰਦਰ ਕੀਰਤਨ ਕਰ ਸਕਦੇ। ਕਹਿੰਦੇ ਉਹ ਸਾਡੀਆਂ ਕੁੱਲਾਂ ਕੀਰਤਨ ਕਰਦੀਆਂ ਰਹੀਆਂ ਹਰਿਮੰਦਰ ਸਾਹਿਬ, ਸਾਡੇ ਵੱਡੇ ਵਡੇਰੇ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨਾਲ ਰਹੇ, ਹੁਣ ਤਾਂ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਤੋਂ ਵੱਡੇ ਆ ਗਏ ਆ, ਹੁਣ ਨਹੀਂ ਹੋ ਸਕਦਾ, ਉਹ ਛੋਟੇ ਸੀ। ਗੁਰੂ ਸਾਹਿਬ ਇਹੋ ਜਿਹੀਆਂ ਵੱਟਾਂ ਭੰਨਣ ਵਾਲੇ ਅਤੇ ਅਸੀਂ ਵੱਟਾਂ ਖੜੀਆਂ ਕਰਨ ਵਾਲੇ, ਉਹ ਹਰ ਇੱਕ ਨੂੰ ਜੋੜਨ ਵਾਲੇ। ਸਾਨੂੰ ਅਗਿਆਨਤਾ ਨੇ ਘੇਰ ਲਿਆ। ਅੱਜ ਅਸੀਂ ਅੰਦਰ ਮੱਥਾ ਟੇਕਣ ਗਏ ਅਤੇ ਮਾਂ ਸੰਬੜ ਪਾਠ 'ਚ ਪਾਠੀ ਸਿੰਘ ਨੇ ਪੰਕਤੀ ਸੁਣਾਈ, ਬੜਿਓ ਚਿਰਾਗ ਅੰਧਾਰ ਮੈਂ
ਸਭ ਕਲ ਉਦਰੀ ਇੱਕ ਨਾਮ ਧਰਮ। ਇਹ ਪੰਕਤੀ ਆਈ, ਮੈਂ ਕਿਹਾ ਬਾਬਾ ਜਿੰਦੂ ਜੀ ਨੂੰ, ਮੈਂ ਕਿਹਾ ਸਲਾਮ ਧਰਮ ਕਹਿੰਦਾ ਹੈ, ਇੱਕ ਸਲਾਮ ਧਰਮ ਬੇੜਾ ਪਾਰ ਕਰ ਸਕਦਾ ਹੈ। ਈਸਾਈ ਕਹਿੰਦਾ ਇੱਕ ਈਸਾਈ ਧਰਮ ਹੀ ਸੰਸਾਰ ਤੋਂ ਬੇੜਾ ਪਾਰ ਕਰ ਸਕਦਾ, ਇਹਦੇ ਕੋਲ ਹੀ ਉਹ ਪਰਮੇਸ਼ਰ ਅਕਾਲ ਪੁਰਖ। ਹਿੰਦੂ ਕਹਿੰਦਾ, ਸਨਾਤਨ ਧਰਮ ਵਾਲਾ ਕਹਿੰਦਾ ਇੱਕੋ ਸਨਾਤਨ ਧਰਮ ਹੀ ਪਾਰ ਕਰੇਗਾ, ਜੈਨੀ ਕਹਿੰਦਾ ਇੱਕੋ ਜੈਨ ਧਰਮ ਹੀ ਪਾਰ ਕਰੇਗਾ, ਬੋਧੀ ਕਹਿੰਦਾ ਇੱਕੋ ਬੁੱਧ ਧਰਮ ਹੀ ਪਾਰ ਕਰੇਗਾ, ਤੇ ਸਿੱਖ ਧਰਮ ਦੇ ਗੁਰੂ ਤੇ ਗੁਰਬਾਣੀ ਕਹਿ ਰਹੀ ਹੈ ਇੱਕ ਨਾਮ ਧਰਮ ਪਾਰ ਕਰੇਗਾ। ਉਹਨਾਂ ਨੇ ਕਿਹਾ ਵੀ ਇੱਕ ਸਿੱਖ ਧਰਮ ਹੀ ਪਾਰ ਕਰੇਗਾ, ਮੁਸਲਮਾਨ ਦਾ ਬੇੜਾ ਨਹੀਂ ਪਾਰ ਹੋਏਗਾ, ਹਿੰਦੂ ਦਾ ਨਹੀਂ ਹੋਏਗਾ। ਕੋਈ ਬੋਲੇ ਰਾਮ ਰਾਮ ਪੜ੍ਹ ਲਓ, ਕੋਈ ਖੁਦਾ ਹੈ, ਕਦੀ ਸਵਾਦ ਵੀ ਲਾਉਣਾ, ਸਵਾਦ ਹੀ ਖਰਾਬ ਕਰੀ ਰੱਖਣਾ ਆਪਣਾ, ਆਨੰਦ ਲਓ ਆਪਣਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੈ ਗੋਸਈਆ, ਕੋਈ ਅਲਾਏ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਈਆ, ਕੋਈ ਅਲਾਏ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਈਆ, ਕੋਈ ਅਲਾਏ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਈਆ, ਕੋਈ ਨਾਨਕ ਸਰ ਵਾਲੇ ਆ ਗਏ ਜੀ, ਆ ਟਕਸਾਲ ਵਾਲੇ ਉਦਾਸੀ ਮਹਾਂਪੁਰਸ਼ ਆ ਗਏ ਜੀ। ਆ ਨਿਰਮਲੇ ਇੱਕ ਵਿਆਹ ਦੇ ਵਿੱਚ ਮੇਲਾ ਭਰਦਾ ਸੀ, ਚਾਚੀਆਂ ਆ ਗਈਆਂ ਜੀ, ਮਾਮੀਆਂ ਆ ਗਈਆਂ ਜੀ, ਮਾਸੀਆਂ ਆ ਗਈਆਂ, ਤਾਈਆਂ ਭੂਆ, ਭਤੀਜੀਆਂ, ਪਤਾ ਨੀ ਕਿੰਨੇ ਕੁ ਰਿਸ਼ਤੇ ਸੀ। ਮਨ ਖੇਡਦੇ ਸੀ ਕਿ ਆਂਟੀ ਅੰਕਲ ਹੀ ਚਾਹੀਦਾ, ਬਸ ਕੋਈ ਆਂਟੀ ਅੰਕਲ, ਕੋਈ ਚਾਚੀ ਮਾਮੀ ਮਾਸੀ ਤਾਈ ਨਹੀਂ ਚਾਹੀਦੀ। ਪਰਿਵਾਰ ਫੱਬਦਾ ਹੈ, ਗੁਰਸਿੱਖੀ ਗੁਰੂ ਨਾਨਕ ਨੇ ਫਵਾਈਏ ਸਾਰਿਆਂ ਮਹਾਂਪੁਰਸ਼ਾਂ ਨਾਲ, ਸਾਰੇ ਤਰ੍ਹਾਂ ਤਰ੍ਹਾਂ ਦੇ। ਆ ਸਲੋਕ ਕਿਵੇਂ ਆ, ਭਾਵੇਂ ਲਾਂਬੇ ਕੇਸ ਕਰ, ਇਸ ਤੋਂ ਪਹਿਲੀ ਪੰਕਤੀ ਕਬੀਰ ਪ੍ਰੀਤ ਇੱਕ ਸੀਗੇ, ਕਬੀਰ ਪ੍ਰੀਤ ਇੱਕ ਸਿਉਂਕੀਏ, ਆਨ ਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰਰ ਮੁੰਡਾਏ। ਕੇਸ ਮੁੰਡਣ ਦੇ ਹੱਕ ਵਿੱਚ ਨਹੀਂ ਕਬੀਰ ਜੀ, ਕੇਸ ਰੱਖਣ ਦੇ ਹੱਕ ਵਿੱਚ ਕਹਿੰਦੇ, ਤੂੰ ਪ੍ਰੀਤ ਇੱਕ ਨਾਲ ਕਰ, ਤੇਰੀਆਂ ਸਾਰੀਆਂ ਦੁਬਦਾ ਚਲੀਆਂ ਜਾਣਗੀਆਂ। ਕੇਸਾਂ ਆ ਵਾਲਾਂ ਵਿੱਚ ਕਿਉਂ ਫੜਿਆ ਫਸਿਆ ਬੈਠਾ ਵੀ ਆ ਮੋੜਨਾ ਹੈ, ਆਸ ਵਾਲਾਂ ਵਾਲਾ ਹੈ। ਭਾਵੇਂ ਲੰਬੇ ਕੇਸ ਕਰ ਲਾ, ਗੁਰੂ ਨਾਨਕ ਦੀ ਸਿੱਖੀ ਕੇਸਾਂ ਦੇ ਨਾਲ ਗੁਰੂ ਸਾਹਿਬ ਨੇ ਸਲੋਕ ਬਾਹਰ ਨਹੀਂ ਕੱਢ ਕੇ ਮਾਰਿਆ। ਗੱਲ ਗਿਆਨ ਦੀ ਹੈ, ਗੱਲ ਸਮਝਣ ਦੀ ਹੈ, ਗੱਲ ਪਤੇ ਦੀ ਹੈ। ਜਿਹੜੇ ਇਹਨਾਂ ਚੀਜ਼ਾਂ 'ਚ ਫਸੇ ਬੈਠੇ ਆ, ਗੁਰੂ ਸਾਹਿਬ ਨੇ ਕਿਹਾ ਮੇਰੇ ਸਹਿਜਧਾਰੀ, ਮੇਰੇ ਸਿੱਖ ਨੇ ਇਸ ਇੱਥੋਂ ਤੱਕ ਜੇ ਪਹੁੰਚੇ ਆ, ਮੰਨਦੇ ਆ, ਅੱਗੇ ਹੋਰ ਵਧਣਗੇ। ਹੁਣ ਇਸ ਜਨਮ ਵੱਧ ਜਾਣਗੇ, ਅੱਗੇ ਜਨਮ ਇਹਨਾਂ ਦੀ ਪ੍ਰੀਤ ਜਿੱਥੇ ਉੱਥੇ ਹੀ ਆਉਣਗੇ। ਕਹਿੰਦੇ ਇੱਕ ਸੋ ਪ੍ਰੀਤ ਕਰ, ਉਹ ਸਾਰੀਆਂ ਹੀ ਦੁਬਦਾ ਚਲੀਆਂ ਜਾਣਗੀਆਂ। ਤੂੰ ਆਪਣੇ ਆਪਣੇ ਰੱਖ ਕੇ, ਕੇਸ ਰੱਖ ਕੇ ਜਾਂ ਮਨਾ ਕੇ ਦੁਬਦਾ ਵਿੱਚ ਪੈ ਗਏ। ਇਹ ਦੁਬਦਾ ਪਾਉਣ ਵਾਸਤੇ ਸੀ,
ਕੇਸਾਂ ਵਾਲਿਆਂ ਨੂੰ, ਉਹ ਕੇਸਾਂ ਵਾਲਿਓ ਮੁੰਡਿਓ ਇਹ ਦੁਬਦਾ ਵਾਸਤੇ ਆ। ਪ੍ਰੀਤ ਪਰਮਾਤਮਾ ਨਾਲ ਕਰੋ। ਕੋਈ ਬੋਲੇ ਰਾਮ ਰਾਮ, ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਸਵਾਗਤ ਕੀਤਾ ਜਾਂਦਾ ਨਾ ਪੂਰਾ, ਫਿਰ ਤਾਂ ਕਹਿੰਦੇ ਛੱਤੀ ਪਦਾਰਥ ਸਾਰਾ ਜ਼ੋਰ ਲਾਇਆ ਹੁੰਦਾ ਵੀ ਆ ਪਨੀਰ ਦੀ ਸਬਜ਼ੀ ਆ, ਭੁਰਜੀ ਹੈ, ਪੁਰਾਣਾ ਹੈ, ਆ ਕਰੇਲੇ ਨੇ, ਆਮ ਔਰ ਖਾਣੀ ਤਾਂ ਰੋਟੀ ਹੈ। ਉੱਥੇ ਐਲਾਨ ਕਰੋ ਇੱਕ ਹੀ ਚੀਜ਼ ਹੋਣੀ ਚਾਹੀਦੀ। ਹੋ ਸਕਦਾ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੇ ਨਾਲ ਥਾਲ ਸ਼ਿੰਗਾਰੇ ਜਾਂਦੇ ਨੇ, ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਨਾਲ ਫੁਲਵਾੜੀਆਂ ਸ਼ਿੰਗਾਰੀਆਂ ਜਾਂਦੀਆਂ ਨੇ, ਉਹ ਤਰ੍ਹਾਂ ਤਰ੍ਹਾਂ ਦੇ ਫਲਾਂ ਦੇ ਨਾਲ ਬਾਗ ਸਜਾਏ ਜਾਂਦੇ ਆ, ਤੇ ਗੁਰੂ ਨਾਨਕ ਦੀ ਸਿੱਖੀ ਵਿੱਚ ਤਰ੍ਹਾਂ ਤਰ੍ਹਾਂ ਦੇ ਸਿੱਖ ਨਹੀਂ ਹੋ ਸਕਦੇ। ਇਹ ਕਿਵੇਂ ਸਜੇਗੀ? ਇਹ ਲੜ ਲੜ ਕੇ ਸਜੇਗੀ? ਤੁਸੀਂ ਤੇ ਅਸੀਂ ਹਿੰਦੂ ਤੇ ਮੁਸਲਮਾਨ ਲੜਦੇ ਹੀ ਰਹਿ ਗਏ। ਕਰਨ ਬਖੀਲੀ ਆਪ ਵਿੱਚ, ਆਪਸ ਵਿੱਚ ਬਖੀਲੀਆਂ ਕਰਦੇ ਪਏ ਨੇ। ਬਾਬੇ ਨੇ ਦੋਨਾਂ ਨੂੰ ਚੱਫੀ 'ਚ ਲੈ ਲਿਆ, ਹਿੰਦੂ ਕੇ ਮੁਸਲਮਾਨ ਇਕੱਠੇ ਹੋ ਕੇ ਤੁਰ ਪਏ, ਮੁਸਲਮਾਨਾਂ ਕੋਲ ਰਹੇ, ਹਿੰਦੂ ਤੋਂ ਵੀ ਪੜ੍ਹੇ, ਮੁਸਲਮਾਨ ਤੋਂ ਵੀ ਪੜ੍ਹੇ, ਮੌਲਵੀ ਤੋਂ ਵੀ ਪੜ੍ਹੇ, ਪਾਂਧੇ ਤੋਂ ਵੀ ਪੜ੍ਹੇ। ਰਾਜੇ ਦੌਲਤ ਰਾਏ ਕੋਲ ਰਹੇ, ਹਿੰਦੂ ਘਰ ਜਨਮ ਲਿਆ। ਇਹ ਕੋਈ ਬੋਲੇ ਰਾਮ ਰਾਮ, ਕੋਈ ਖੁਦਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾ, ਕੋਈ ਸੇਵੇ ਕੁਸਈਆ, ਕੋਈ ਅਲਾਏ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਕੁਸਈਆ, ਕੋਈ ਅਲਾਏ, ਕੋਈ ਬੋਲੇ ਕਰਦਿਆਂ ਗੱਲ। ਇੱਕ ਭਾਸ਼ਾ ਹੀ ਹੋਣੀ ਚਾਹੀਦੀ, ਪਰ ਹਿੰਦੁਸਤਾਨ ਦਾ ਸ਼ਿੰਗਾਰ ਨੇ, ਕਿਧਰੇ ਪੰਜਾਬੀ, ਕਿਧਰੇ ਤਾਮਿਲ, ਕਿਧਰੇ ਗੁਜਰਾਤੀ, ਕਿਧਰੇ ਰਾਜਸਥਾਨੀ, ਕਿਧਰੇ ਹਰਿਆਣਵੀ, ਕਿਧਰੇ ਕਨੜਾ, ਕਿਧਰੇ ਕਿੰਨੀਆਂ ਭਾਸ਼ਾ ਨੇ, ਅਲੱਗ ਅਲੱਗ ਸਭ ਦੀਆਂ ਨੇ। ਇਹ ਸ਼ਿੰਗਾਰ ਹੈ ਆਪੋ ਆਪਣੀਆਂ ਭਾਸ਼ਾ, ਹਿੰਦੁਸਤਾਨ ਦਾ ਸ਼ਿੰਗਾਰ ਹੈ। ਭਾਵੇਂ ਕਈ ਭਾਸ਼ਾ ਨੇ, ਹਿੰਦੁਸਤਾਨ ਦਾ ਸ਼ਿੰਗਾਰ ਹੈ। ਪਰ ਪਹਿਲੇ ਨੰਬਰ ਤੇ, ਸਭ ਤੋਂ ਪਹਿਲੇ ਨੰਬਰ ਤੇ ਗੁਰਮੁਖੀ ਹੈ। ਆਖੋ ਸ੍ਰੀ ਵਾਹਿਗੁਰੂ, ਇਹ ਮੈਂ ਨਹੀਂ ਕਹਿ ਰਿਹਾ, ਇਹ ਹਿੰਦੁਸਤਾਨ ਦਾ ਰਾਸ਼ਟਰੀ ਗੀਤ ਕਹਿ ਰਿਹਾ ਹੈ। ਜਨ ਗਣ ਮਨ ਵਾਲਾ ਸਭ ਤੋਂ ਪਹਿਲਾਂ ਪੰਜਾਬ, ਸਿੰਧ, ਗੁਜਰਾਤ, ਮਰਾਠਾ, ਦਰਾਵੜ, ਉਤਕਲ, ਮੰਗਾ, ਹਿੰਦੁਸਤਾਨ ਦਾ ਰਾਸ਼ਟਰੀ ਗੀਤ ਕਹਿ ਰਿਹਾ ਕਿ ਸਭ ਤੋਂ ਉੱਪਰ ਪੰਜਾਬੀ ਹੈ। ਪੰਜਾਬ ਜਿਹੜਾ ਥਾਂ ਥਾਂ ਤੇ ਪੜਿਆ ਜਾਂਦਾ, ਇਹ ਗੁਰੂ ਨਾਨਕ ਦੀ ਗੁਰਮੁਖੀ ਸਭ ਤੋਂ ਉੱਪਰ ਹੈ।
ਉਹਦੇ ਵਿੱਚ ਹਿੰਦੀ ਦੀ ਗੱਲ ਨਹੀਂ। ਪੰਜਾਬ, ਸਿੰਧ, ਗੁਜਰਾਤ, ਮਰਾਠਾ, ਦਰਾਵੜ, ਉਤਕਲ, ਬੰਗਾ, ਹਿੰਦ, ਹਿਮਾਚਲ, ਜਮਨਾ, ਗੰਗਾ, ਇਹ ਪੰਜਾਬ ਨੂੰ ਸਾਰੇ ਮਾਣ ਮਿਲੇ ਆ। ਇਹ ਸਾਰਾ ਬਹੁਤ ਵੱਡਾ ਪੰਜਾਬ ਹੀ ਹੁੰਦਾ ਸੀ। ਸਾਰੇ ਅਵਤਾਰ ਗੁਰੂਆਂ, ਪੀਰਾਂ, ਮਹਾਂਪੁਰਸ਼ਾਂ ਨਾਲ ਇਹ ਧਰਤੀ ਸ਼ਿੰਗਾਰੀ ਹੋਈ ਹੈ। ਪਰ ਗੱਲ ਇਹ ਨਹੀਂ ਕਿ ਇਹਨੂੰ ਇੱਕ ਕਰੋ, ਗੱਲ ਇਹ ਕਿ ਸਭ ਦਾ ਹੀ ਮਾਣ ਹੋਵੇ, ਆਪੋ ਆਪਣੀ ਥਾਂ ਤੇ ਸਾਰੇ ਹੀ ਸਤਿਕਾਰ ਮਾਣ ਜੋਗੇ। ਜਿਹੜਾ ਆਪਣੀ ਮਾਤ ਭਾਸ਼ਾ ਨੂੰ ਛੱਡੇਗਾ, ਆਪਣੀ ਮਾਂ ਨੂੰ ਛੱਡੇਗਾ, ਆਪਣੀ ਮਾਤਾ ਧਰਤੀ ਨੂੰ ਭੁੱਲੇਗਾ, ਉਹ ਗੁਨਾਹਗਾਰ ਬਣ ਜਾਂਦਾ ਹੈ। ਇਹ ਸਾਡਾ ਸਭ ਕੁਝ, ਇਹ ਸਾਡੀ ਮਾਂ ਹੈ ਗੁਰਮੁਖੀ ਪੰਜਾਬੀ। ਇਹਦੇ ਚ ਆਪ ਨਿਰੰਕਾਰ ਨੇ ਅਵਤਾਰ ਧਾਰ ਕੇ ਹੋਰ ਵੀ ਭਾਸ਼ਾ ਵਰਤ ਸਕਦੇ ਸੀ, ਪਰ ਗੁਰਮੁਖੀ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ। ਅੱਜ ਮੈਂ ਨਹੀਂ ਕਹਿੰਦਾ ਕਿ ਵੇਦ ਛੋਟੇ ਆ, ਮੈਂ ਨਹੀਂ ਕਹਿੰਦਾ ਕੁਰਾਨ ਛੋਟੀ ਏ, ਬਹੁਤ ਵੱਡੇ ਨੇ, ਬਹੁਤ ਪ੍ਰਾਪਤਨ ਗ੍ਰੰਥ ਨੇ, ਸਿਮਰਤੀਆਂ, ਸ਼ਾਸਤਰ, ਬਾਈਬਲ, ਪਰ ਸਾਰਿਆਂ ਨੂੰ ਸ਼ਿੰਗਾਰੋ, ਸਾਰਿਆਂ ਦੇ ਦਰਬਾਰ ਲਾਓ, ਫਿਰ ਦੱਸਿਓ ਕਿਹੜਾ ਵੱਡਾ। ਫਿਰ ਕਹਿਣਗੇ ਜੀ ਗੁਰੂ ਗ੍ਰੰਥ ਸਾਹਿਬ ਵੱਡੇ ਆ, ਜਿਹਨਾਂ ਤੇ ਸ਼ਤਰ, ਜਿਹਨਾਂ ਤੇ ਚੌਰ, ਜਿਹਨਾਂ ਤੇ ਪਾਲਕੀਆਂ, ਜਿਹਨੂੰ ਕੱਛ ਚ ਮਾਰ ਕੇ ਲਿਆ ਉਹਨੂੰ ਵੱਡਾ ਕਹਾਂਗੇ। ਉਦੋਂ ਵੱਡੇ ਗੁਰੂ ਗ੍ਰੰਥ ਸਾਹਿਬ ਨੇ ਜਿਹਨਾਂ ਨੂੰ ਪਰਮੇਸ਼ਰ ਮਾਣ ਦੇਵੇ, ਜਿਹਨਾਂ ਨੂੰ ਪਰਮੇਸ਼ਰ ਮਾਣ ਦੇਵੇਗਾ, ਮਾਣ ਉਹਨਾਂ ਨੂੰ ਮਿਲੇਗਾ। ਜਿੱਥੇ ਨਿਰੰਕਾਰ ਬਰਾਜੇਗਾ ਵੱਡੇ ਉਹ ਨੇ, ਵੱਡੇ ਉਹ ਧਰਮਣੀ ਜਿਹਨਾਂ ਦਾ ਖਲਾਰਾ ਪਸਾਰਾ ਬਹੁਤ ਏ, ਵੱਡਾ ਉਹ ਹੈ ਜਿਹਦੇ ਨਾਲ ਆਪ ਨਿਰੰਕਾਰ ਖੜਾ ਹੈ। ਧੰਨ ਗੁਰੂ ਨਾਨਕ ਸਾਹਿਬ। ਮੈਂ ਕਿਹਾ ਦੇਖੋ ਸਾਰਿਆਂ ਧਰਮਾਂ ਨੇ ਕਿਹਾ ਸਾਡਾ ਧਰਮ ਹੀ ਬੇੜਾ ਪਾਰ ਕਰੇਗਾ, ਤੇ ਗੁਰੂ ਸਾਹਿਬ ਦੀ ਬਾਣੀ ਚ ਆਵਾਜ਼ ਆਈ, ਬੜਿਓ ਚਿਰਾਗ ਹੰਧਾਰ ਮੇ, ਹਨੇਰੇ ਵਿੱਚ ਚੌ ਪਾਸੇ ਚਾਨਣ ਕਰਨ ਵਾਲਾ ਦੀਵਾ ਬਣਿਆ ਆਖੋ ਸ੍ਰੀ। ਇਹ ਗੁਰੂ ਨਾਨਕ ਦਾ ਜਿਹੜਾ ਚਿਰਾਗ ਜਗਿਆ, ਦੀਵਾ ਨੀ, ਜੋਤ ਨੀ, ਇੱਕ ਇਹ ਚਿਰਾਗ ਹੈ, ਚੌ ਪਾਸੇ ਚਾਨਣ ਕਰੇਗਾ, ਇਹ ਚਾਰੇ ਪਾਸੇ ਹੀ ਜੋਤਾਂ ਜਗਣਗੀਆਂ, ਚਾਹੇ ਕੋਈ ਹਿੰਦੂ, ਮੁਸਲਿਮ, ਸਿੱਖ, ਈਸਾਈ, ਚਾਹੇ ਚਾਰ ਵਰਨ, ਚਾਰ ਮਜ਼ਮਾ, ਜੱਗ ਵਿੱਚ ਹਿੰਦੂ ਮੁਸਲਮਾਨ। ਇਹ ਬਾਬੇ ਨਾਨਕ ਦੀਆਂ ਬਖਸ਼ਿਸ਼ਾਂ ਨੇ। ਇਹ ਚਿਰਾਗ ਬਣਿਆ ਹੈ ਹਨੇਰੇ ਵਿੱਚ, ਬਣਿਆ ਹੈ ਅੰਧਾਰ ਵਿੱਚ, ਅੰਧਾਰ ਹੋ ਚੁੱਕਾ ਹੈ, ਆਪੋ ਆਪਣੇ ਦੀਵੇ ਹਰ ਇੱਕ ਨੇ ਬਾਲੇ ਹੋਏ ਨੇ, ਪਰ ਅੰਧਾਰ ਹੈ, ਚਾਨਣ ਨਹੀਂ ਕਰ ਸਕੇ। ਬਾਬੇ ਨਾਨਕ ਦਾ ਚਿਰਾਗ ਬਣਿਆ ਹੈ ਅੰਧਾਰ ਵਿੱਚ, ਸਭ ਕਲ ਉਦਰੀ, ਸਾਰਾ ਸੰਸਾਰ ਕਲਯੁਗ ਉਦਰਿਆ ਇੱਕ ਨਾਮ ਧਰਮ ਨਾਲ, ਆਖੋ ਸ੍ਰੀ ਵਾਹਿਗੁਰੂ। ਇੱਥੇ ਕੋਈ ਰਹਿ ਗਈ ਲੜਾਈ? ਮੁਸਲਮਾਨ ਨਾਮ ਨਹੀਂ ਜਪੇਗਾ, ਹਿੰਦੂ ਨਹੀਂ ਜਪੇਗਾ, ਈਸਾਈ ਨਹੀਂ ਜਪੇਗਾ, ਸਿੱਖ ਨਹੀਂ ਜਪੇਗਾ, ਜੈਨੀ ਨਹੀਂ ਜਗ ਬੋਧੀ, ਕਿਹੜਾ ਜਿਹੜਾ ਨਾਮ ਤੋਂ ਬਗੈਰ ਕਲਿਆਣ ਕਹਿੰਦਾ ਹੈ? ਸਾਰੇ ਧਰਮ ਕਹਿੰਦੇ ਨੇ ਇੱਕੋ ਨਾਮ ਧਰਮ, ਗੁਰੂ ਸਾਹਿਬ ਕਹਿੰਦੇ ਸਾਰਿਆਂ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਹੈ ਹਰੀ ਦਾ ਨਾਮ, ਆਖੋ ਸੀ ਵਾਹਿਗੁਰੂ ਜੀ। ਤੇ ਕਰਮਾਂ ਵਿੱਚੋਂ ਕਰਮ ਹੈ ਨਿਰਮਲ, ਜਿਹਨਾਂ ਵਿੱਚ ਮੈਲ ਨਹੀਂ, ਜਿਨ੍ਹਾਂ ਜਿਹੜੇ ਕਰਮ ਵਿੱਚ ਮੈਲ ਹੈ ਉਹ ਕਰਮ ਨਹੀਂ। ਬਲਿਓ ਚਿਰਾਗ, ਅੱਜ ਗੱਲਾਂ ਚਲਾਉਂਦੇ ਇੱਕ ਹੋਵੇ, ਇੱਕ ਹੋਵੇ, ਇੱਕ ਧਰਮ ਹੋਵੇ, ਇੱਕ ਪੰਥ ਹੋਵੇ, ਇੱਕ ਵਾਲਾ ਜੰਮਿਆ ਸੀ ਇਸ ਹਿੰਦੁਸਤਾਨ ਦੇ ਵਿੱਚ, ਉਹਨੇ ਹਿੰਦੁਸਤਾਨ ਦੀ ਬਾਦਸ਼ਾਹੀ ਵੀ ਲੈ ਲਈ ਸੀ, ਤਲਵਾਰ ਵੀ ਸੀ ਉਹਦੇ ਹੱਥ ਵਿੱਚ, ਧਰਮ ਵੀ ਉਹਦੇ ਕੋਲ ਸੀ, ਬੜਾ ਮੁਸਲਿਮ ਧਰਮ ਦਾ ਬੜਾ ਪੱਕਾ ਕੱਟੜ ਔਰੰਗਜ਼ੇਬ ਸੀ, ਉਹਦੇ ਕੋਲ ਧਰਮ ਵੀ ਸੀ, ਤਲਵਾਰ ਵੀ ਸੀ,
ਉਹਨੇ ਕਿਹਾ ਸੀ ਮੈਂ ਇੱਕੋ ਹੀ ਮੁਸਲਮਾਨ ਕਰ ਦੇਣਾ ਹੈ, ਸਭ ਖਤਮ ਕਰ ਦੇਣਾ ਹੈ। ਤੇ ਉਹ ਜਦੋਂ ਮੁਸਲਮਾਨ ਬਣਾਉਣ ਲੱਗਾ, ਸਭ ਨੂੰ ਜ਼ਬਰਦਸਤੀ ਮੰਦਰਾਂ ਨੂੰ ਤੋੜਨ ਲੱਗਾ, ਸਾਰੇ ਮੰਦਰ ਤੋੜ ਤੋੜ ਕੇ ਖਤਮ ਕਰਨ ਲੱਗਾ, ਤੇ ਉਸ ਸਮੇਂ ਉਹ ਜਾਬਰ ਬਣ ਗਿਆ, ਬਾਬਰ ਜਿਵੇਂ ਜਾਬਰ ਹੋ ਗਿਆ। ਔਰੰਗਜ਼ੇਬ, ਔਰੰਗਜ਼ੇਬ ਧਰਮੀ ਨਾ ਰਿਹਾ, ਔਰੰਗਜ਼ੇਬ ਦੇ ਧਰਮ ਫੜਾਏ ਕਿਸੇ ਕੰਮ ਨਾ ਆਏ, ਚੋਰੀ ਕੀਆ ਜ਼ੁਲਮ ਹੈ। ਉਹ ਕਹਿੰਦਾ ਸੀ ਮੈਂ ਤਿੰਨ ਕਰਨੇ, ਇੱਕ ਫਕੀਰ ਪੰਜਾਬ ਦੇ ਵਿੱਚ ਉੱਠਿਆ, ਧੰਨ ਗੁਰੂ ਗੋਬਿੰਦ ਸਿੰਘ ਜੀ, ਇੱਕ ਬਾਦਸ਼ਾਹ ਉੱਠਿਆ, ਕਹਿੰਦਾ ਸੀ ਮੈਂ ਤਿੰਨ ਕਰ ਦੇਣੇ ਆ, ਇੱਕ ਕਰ ਦੇਣਾ ਹੈ, ਸਾਰੇ ਇੱਕ ਹੀ ਹਿੰਦੁਸਤਾਨ 'ਚ ਧਰਮ ਹੋਏਗਾ, ਇੱਕ ਇਸ਼ਟ ਗੁਰਦੇਵ, ਕੋਈ ਨੂੰ ਇਸਲਾਮ ਨੂੰ ਮੰਨਿਆ ਜਾਏਗਾ। ਸਾਰੀਆਂ ਤਾਕਤਾਂ ਸੀ ਉਹਦੇ ਕੋਲ, ਪਰ ਪਰਮੇਸ਼ਰ ਦੀ ਲੀਲਾ ਕੀ ਸੀ, ਇੱਕ ਨਹੀਂ ਹੋਇਆ, ਸਗੋਂ ਇੱਕ ਸਿੱਖ ਧਰਮ ਹੋਰ ਖੜਾ ਹੋ ਗਿਆ, ਆਖੋ ਸ੍ਰੀ, ਇੱਕ ਨਿਆਰਾ ਧਰਮ ਹੋਰ ਖੜਾ ਹੋ ਗਿਆ। ਇੱਕ ਮਹਾਂਪੁਰਖ ਨੇ ਇੱਕ ਪੰਥ ਸ਼ੁਰੂ ਕੀਤਾ, ਨਾ ਤਾਂ ਹਿੰਦੂ ਖਤਮ ਹੋ ਸਕਿਆ, ਇੱਕ ਹੋਰ ਨਾਲ ਖੜਾ ਹੋ ਗਿਆ। ਤੇ ਪਿਆਰਿਓ, ਫਿਰ ਉਹ ਤਿੰਨ ਇੱਕ ਕਰਨ ਵਾਲਾ ਕਿੱਥੇ ਚਲਾ ਗਿਆ, ਉਹਦੇ ਨਾਲ ਖੁਦਾ ਖੜਿਆ, ਖੁਦਾ ਨੂੰ ਮੰਨਣ ਵਾਲਾ, ਖੁਦਾ ਨੂੰ ਸਜਦੇ ਕਰਨ ਵਾਲਾ, ਬੜਾ ਪੱਕਾ ਮੁਸਲਮ ਧਰਮ ਦੇ ਵਿੱਚ, ਬਿਨਾਂ ਆਵਾਜ਼ ਤੋਂ ਪਾਣੀ ਨਹੀਂ ਪੀਣ ਵਾਲਾ, ਨਮਾਜ਼ਾਂ ਦਾ ਪੱਕਾ। ਇੱਕ ਮਹਾਂਪੁਰਖ ਨੇ ਪੰਥ ਸਾਜਿਆ, ਤੇ ਦੁਨੀਆਂ ਦੇ ਕੋਨੇ ਕੋਨੇ ਤੇ ਉਹ ਸਿੱਖ ਪੰਥ ਪਹੁੰਚ ਗਿਆ, ਬੜੀਆਂ ਬੜੀਆਂ ਮੁਸ਼ਕਲਾਂ ਚੋਂ, ਬੜੇ ਬੜੇ ਜ਼ਬਰ ਵੀ ਹੁੰਦੇ ਰਹੇ, ਬਹੁਤ ਕੁਝ ਹੋਇਆ। ਇੱਕ ਮਹਾਂਪੁਰਖ ਨੇ ਇੱਕ ਬਾਦਸ਼ਾਹ ਕਰਨਾ ਚਾਹੁੰਦਾ ਸੀ, ਉਸ ਬਾਦਸ਼ਾਹ ਦੀ ਨਹੀਂ ਹੋ ਸਕੀ, ਉਹ ਬਾਦਸ਼ਾਹੀ ਖਾਕ ਹੋ ਗਿਆ। ਇੱਕ ਮਹਾਂਪੁਰਖ ਨੇ ਇੱਕ ਪੰਥ ਚਲਾਇਆ, ਦੁਨੀਆਂ 'ਚ ਪੰਥ ਹੀ ਪੰਥ ਹੋ ਗਿਆ, ਪੰਥ ਦੇ ਝੰਡੇ ਝੂਣਨ ਲੱਗ ਪਏ। ਉਹ ਜਿਹੜੇ ਕਹਿੰਦੇ ਸੀ ਇੱਕ ਕਰਨਾ ਹੈ, ਉਹਨਾਂ ਨੇ ਆਵਾਜ਼ ਨਹੀਂ ਸੁਣੀ ਸੀ, ਕੋਈ ਬੋਲੇ ਰਾਮ ਰਾਮ, ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਆਵਾਜ਼ ਨਾਨਕ ਤੋਂ ਹੀ ਆਏਗੀ, ਕਿਸੇ ਤੋਂ ਨਹੀਂ।
फिर गुरु नानक दी बाजी आएगी जिन हुकम पछाता। प्रभ साहिब का करो पूरा। कहो नानक जिन हुकम पछाता, प्रभ साहिब का दिन भेद जाता। कान खोल लो सारी, बाबे दी एक आवाज ते सारी कान खोल लो। बड़े जमे आ के हिंद एक मुसलमान ही कर देना है, नहीं कर सके। हिंदुस्तान च बड़े जमे आ, बड़िया दुविधा पईयां, बड़िया लड़ाइयां होईयां के हिंदू एक पासे मुसलमान एक पासे नहीं हो सके। हिंदुस्तान च मुसलमान भी बैठे आ बड़ी गिनती च, बड़े जमे भाषा खत्म कर देनी है। परमात्मा ने बख्शी है जड़ियां बोलियां बख्शियां ने, ये चलनियां खत्म नहीं हो सकदियां। बड़े बड़े सिखा नू खत्म करने वाले जमे सी, मरिया मेट हो गए, पंथ वादा ही गया है, सिख वादा ही गए ने, कोई खत्म कर सकिया? ये निरंकार ने तरह तरह के देशां दे नाल धरती नू शिंगारिया है, फलाना देश है, फलाना देश है, अपना आ देश है, तरह तरह के सूबिया दे नाल हिंदुस्तान नू शिंगारिया है। मौसम बखरे बखरे आ, रब नू परमेश्वर नू भी चाहिए एक एक ही मौसम करदा, उन्हें कई रुत्तां बना छड़िए, उन्हें इन्निया कु दुविधा पा दिया। सूरज एको रुत्त नहीं, नानक करते के केते वैसे दुविधा नहीं, ये परमेश्वर दी रंग नहीं। इन्हां नू बुरी निगाह दे नाल ना तको, इन्हां नू इओं तको जिवे असी आं। रिश्तियां नाल रिश्तेदार शिंगारे जांदे आ, फुल्लां नाल फुल फुलवाड़ियां शिंगारियां जांदियां है, फलां नाल बाग शिंगारे जांदे आ। इसे तरह गुरु नानक साहब दा पंथ है, आखो श्री वाहिगुरु जी। इहदी कदी भी नहीं कोई दुविधा करनी कि आ किवें पाठ करदा है, आ किवें सिमरन करदा है, तां सिख है ना, है तां गुरु नानक नूं मनण वाला है, इक काल पुरख निरंकार नूं मनण वाला। कोई भी होवे, किसे धर्म दा भी होवे, गुरु नानक साहब पातशाह नूं मनण वाला है कोई भी होवे। कहिंदे जे तुसीं इक करना जेना ते बाबा नानक ही इक करना जानदा है, होर किसे नूं नहीं आया। आखो सी कल्ला बाबे नानक दा नाम लै लो ते सारे सिखो, ओ सिखो सिखां नूं इक करन वालिओ, बाबे नानक दा नाम लै लो, सारे सिख ही इक हो जाणगे, सारे सिख ही इक हो जाणगे। ਕਹਿੰਦੇ ਨੇ ਰੰਗ ਗਊਆਂ ਦੇ ਵੱਖਰੇ ਵੱਖਰੇ, ਦੁੱਧ ਦੀ ਧਾਰ ਭਾਈ ਸਾਹਿਬ ਕਹਿੰਦੇ ਇੱਕ ਦੁੱਧ ਚਿੱਟਾ ਹੈ ਸਭ ਦਾ। ਇਹਨਾਂ ਦੇ ਰੰਗ ਵੱਖਰੇ ਵੱਖਰੇ ਨੇ ਪਰ ਦੁੱਧ ਇੱਕੋ ਜਿਹੀ ਸਭ ਦਾ। ਭਲੇ ਉਹ ਚਿਰਾਗ ਅੰਧਾਰ ਨਹੀਂ, ਸਭ ਕੱਲ ਉਦਰੀ ਇੱਕ ਨਾਮ ਧਰਮ, सारे कलयुग दा एक नाम दे नाल पार उतारा होया। दुविधा नहीं करनी, हजूर साहब घंटियां बजदियां ने, हजूर साहब भोग लाया जांदा है, पर्दे कीते जांदे आ, हजूर साहब रह रस हो रहे, अमृतसर हो रहे, एक एक मर्यादा नूं मनण वाले हजूर साहब दे अंदर ना बढ़ियो, अमृतसर दे अंदर ना बढ़ियो, सानूं ਉੱਥੇ ਉਹੋ ਹੀ ਪਿਆਰਾ ਹੈ ਸਭ ਕੁਝ। ਜੋ ਹੈ ਗੁਰੂ ਸਾਹਿਬ ਚਲਾ ਰਹੇ ਨੇ ਉਹ ਪਿਆਰਾ ਹੀ ਪਿਆਰਾ ਹੈ। ਜੇ ਪੜ੍ਹਨ ਕੋਈ ਤਖ਼ਤ ਹੋਵੇ, ਕੋਈ ਗੁਰਦੁਆਰਾ ਹੋਵੇ, ਕਿਸੇ ਮਹਾਂਪੁਰਖ ਦਾ ਸਥਾਨ ਹੋਵੇ, ਸਾਧੂ ਸੰਤ ਦਾ, ਉਹ ਪਿਆਰੇ ਤੋਂ ਪਿਆਰਾ ਹੀ ਹੈ। ਜਿੱਥੇ ਨਾਮ ਦੀ ਮਹਿਮਾ ਹੈ, ਸਤਸੰਗ ਦੀ ਮਹਿਮਾ ਹੈ, ਸੇਵਾ ਸਿਮਰਨ
ਦਾਸ ਕਈ ਵਾਰੀ ਇਕੱਲਾ ਹੀ ਕਈ ਪਾਸਿਆਂ ਤੇ ਚਲੇ ਜਾਈਦਾ ਸੀ, ਬਾਬਾ ਜੀ ਕਾਰਨ ਬਣਾ ਦਿੰਦੇ ਸੀ। ਇੱਕ ਵਾਰੀ ਹਰਿਦੁਆਰ ਬੜੇ ਦਿਨ ਲੰਘੇ, ਸਾਰੇ ਆਸ਼ਰਮਾਂ 'ਚ ਮੈਂ ਗਿਆ, ਮਹਾਂਪੁਰਖਾਂ ਦੇ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਵੀ ਉੱਥੇ ਬਹੁਤ ਨੇ, ਕਈਆਂ ਥਾਵਾਂ 'ਤੇ ਜਾਣਾ ਮਿਲਿਆ ਕਈ ਆਸ਼ਰਮਾਂ 'ਚ। ਫਿਰ ਜਿਹੜੇ ਸਿੱਖ ਧਰਮ ਨਾਲ ਜੁੜੇ ਹੋਏ ਸੀ ਉਹਨਾਂ 'ਚ ਤਾਂ ਫਿਰ ਭੱਜ ਕੇ ਜਾਈਦਾ ਸੀ, ਪਰ ਦੂਜਿਆਂ 'ਚ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸਭ ਦੇ ਆਪੋ ਆਪਣੇ ਗੁਣ ਨੇ, ਆਪਣੇ ਆਪਣੇ ਢੰਗ ਨਾਲ ਲੱਗੇ ਨੇ। ਇਹ ਚੀਜ਼ਾਂ ਦੁਬਧਾ ਵਾਸਤੇ ਨਹੀਂ, ਇਹ ਸ਼ਿੰਗਾਰਨ ਵਾਸਤੇ, ਇਹ ਸ਼ਿੰਗਾਰ ਨੇ। ਇਹ ਨਹੀਂ ਕਿ ਇਹਨੇ ਆਹ ਕਿਉਂ ਕੀਤਾ, ਇਹਨੇ ਆਹ ਕਿਉਂ ਕੀਤਾ, ਇਹਨੇ ਇਸ ਤਰ੍ਹਾਂ ਕਿਉਂ ਕੀਤਾ, ਇਹਨੇ ਪਾਠ ਇਉਂ ਕੀ ਰੱਖੇ, ਇਹਨੇ ਅਰਦਾਸਾ ਇਸ ਤਰ੍ਹਾਂ ਕਿਉਂ ਕਰਦਾ, ਭੋਗ ਇਵੇਂ ਕੋਲੋਂ ਆਉਂਦਾ ਹੈ। ਭਾਈ ਇਹ ਸ਼ਿੰਗਾਰ ਨੇ ਸਾਰੇ, ਇਹ ਗੁਰੂ ਦੀਆਂ ਪਿਆਰ ਦੀਆਂ ਮਰਿਆਦਾ ਹੁੰਦੀਆਂ ਨੇ। ਕਹਿੰਦੇ ਨੇ ਇੱਕ ਰਾਜੇ ਦੀਆਂ ਬਹੁਤ ਰਾਣੀਆਂ ਹੈ, ਉਹਨਾਂ ਦੇ ਪੈਣ ਨਹੀਂ ਕਿ ਤੁਸੀਂ ਇੱਕੋ ਜਿਹੇ ਹਾਰ, ਇੱਕੋ ਜਿਹੇ ਸ਼ਿੰਗਾਰ, ਇੱਕੋ ਜਿਹੇ ਕੱਪੜੇ, ਇੱਕੋ ਜਿਹੇ। ਉਹ ਤਾਂ ਵੱਧ ਤੋਂ ਵੱਧ ਆਪਣੇ ਸ਼ਿੰਗਾਰ ਕਰਨਗੀਆਂ, ਪਰ ਕਰਨਗੀਆਂ ਕਾਹਦੇ ਵਾਸਤੇ, ਆਪਣੇ ਰਾਜੇ ਨੂੰ ਰਜਾਉਣ ਵਾਸਤੇ। ਆਖੋ ਸੀ ਹਰ ਸਿੱਖ ਆਪੋ ਆਪਣਾ ਸ਼ਿੰਗਾਰ ਕਰੇਗਾ, ਹਰ ਸਿੱਖ ਸਿੱਖ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮੰਡਾਏ, ਹਰ ਸਿੱਖ ਸਿੱਖ, ਭਾਵੇਂ ਉਦਾਸੀ ਨਿਰਮਲਾ ਕੋਈ ਵੀ ਹੈ, ਕੋਈ ਮੁਸਲਮਾਨ ਵੀ ਹੈ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲਾ, ਨਵਾਜ਼ਾ ਪੜ੍ਹਨ ਵਾਲਾ ਵੀ ਸਿੱਖ ਹੋ ਸਕਦਾ ਹੈ, ਤਿਲਕ ਜੰਜੂ ਪਾਉਣ ਵਾਲਾ ਵੀ ਸਿੱਖ ਹੋ ਸਕਦਾ ਹੈ, ਜੇ ਉਹ ਗੁਰੂ ਨਾਨਕ ਦੀ ਸਿੱਖਿਆ ਨੂੰ ਮੰਨਦਾ ਹੈ। ਗੁਰੂ ਨਾਨਕ ਦੀ ਸਿੱਖਿਆ ਕੱਟੜਤਾ ਨਹੀਂ, ਉਹ ਤਾਂ ਅਖੀਰਲੇ ਸਮੇਂ ਭੇਖ ਉਦਾਸੀ ਲਾ ਤਾ, ਗੁਰੂ ਨਾਨਕ ਸਾਹਿਬ ਨੇ ਭੇਖ ਹੀ ਲਾ ਤਾ, ਪਹਿਣ ਸੰਸਾਰੀ ਕੱਪੜੇ, ਕਿਤੇ ਬਾਬਾ ਸੰਸਾਰੀ ਕੱਪੜੇ ਲਾਉਂਦਾ ਪਿਆ ਹੈ, ਉਦਾਸੀ ਕੱਪੜੇ ਪਾਉਂਦਾ ਪਿਆ, ਕਿਤੇ ਉਦਾਸੀ ਕੱਪੜੇ ਲਾ ਕੇ ਉਤਾਰਦਾ ਪਿਆ ਹੈ, ਪਹਿਣ ਸੰਸਾਰੀ ਕੱਪੜੇ, ਮੰਜੀ ਬੈਠ ਕੇ ਆ ਉਤਾਰਾ, ਸੰਸਾਰੀ ਕੱਪੜੇ ਪਾ ਕੇ ਗੁਰੂ ਬਣ ਕੇ ਬੈਠੇ ਹਾਂ, ਦੁਨੀਆਂ ਨੂੰ ਉਤਾਰ ਰਹੇ ਨੇ। ਪਹਿਲਾਂ ਬਾਬੇ ਪਾਇਆ ਬਖਸ਼ ਧਰਮ, ਪਿੱਛੇ ਦੇ ਫਿਰ ਕਾਲ ਕਮਾਈ, ਹਰ ਗੱਲ ਗੁਰੂ ਨਾਨਕ ਦੇਵ ਜੀ ਦੀ ਰਿਜ਼ਲਟ ਕੱਢ ਕੇ ਰੱਖ ਦਿੰਦੀ ਹੈ, ਇੱਕ ਇੱਕ ਸ਼ਬਦ ਵਿੱਚ, ਬਾਣੀ ਪੰਕਤੀ ਚ। ਫਿਰ ਰੇਤ ਅੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਫਿਰ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਾਸਿਓਂ ਬਣੇ ਆਈ। ਬਾਬਾ ਪੈਦਾ ਸੱਚਖੰਡ, ਨੌਣ ਦਨਾਮ ਗਰੀਬੀ ਪਾਈ, ਉੱਥੋਂ ਨੌਣ ਦਨਾਮ ਤੇ ਗਰੀਬੀ ਪਾ ਕੇ ਗੁਰੂ ਨਾਨਕ ਸਾਹਿਬ ਲਿਆਏ ਨੇ। ਬਾਬਾ ਦੇਖੇ ਧਿਆਨ ਧਰ ਜਲਤੀ, ਸਭ ਪ੍ਰਿਥਵੀ ਦਿਸਾਈ। ਹੁਣ ਬਾਬੇ ਨੇ ਧਿਆਨ ਧਰ ਕੇ ਵੇਖਿਆ ਵੀ ਸਾਰੇ ਸੜੀ ਜਾਂਦੇ, ਸਾਰਿਆਂ ਧਰਮੀਆਂ ਲੋਕਾਂ ਨੂੰ ਵੀ ਅੱਗ ਲੱਗੀ ਪਈ ਹੈ, ਮੰਦਰਾਂ ਧਾਰਮਿਕ ਸਥਾਨਾਂ ਤੇ ਵੀ ਅੱਗ ਲੱਗੀ ਪਈ ਹੈ, ਇਹਨਾਂ ਦੀ ਨਵੀਰਤੀ ਕਰੀਏ, ਇਹਨਾਂ ਨੂੰ ਖੁਦਾ ਨੂੰ ਮੰਨਣ ਵਾਲਿਆਂ ਨੂੰ ਖੁਦਾ ਦੀ ਮਰਿਆਦਾ ਦਾ ਨਹੀਂ ਪਤਾ, ਅੰਧ ਵਿੱਚ ਤੁਰੇ ਹੋਏ ਨੇ। ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ, ਗੁਰੂ ਤੋਂ ਬਗੈਰ ਸੰਸਾਰ ਡੁੱਬਿਆ ਹੋਇਆ। ਗੁਰੂ ਸਾਹਿਬ ਕਹਿੰਦੇ ਇਹਨਾਂ ਲੋਕਾਂ ਦਾ ਅੰਨਾ ਪਿਆਰ, ਬਿਨਾ ਗੁਰੂ ਤੋਂ ਸੰਸਾਰ ਡੁੱਬਿਆ ਪਿਆ। ਇਸ ਜਗਤ ਨੂੰ ਉਤਾਰਨ ਵਾਸਤੇ ਬਾਬਾ ਜੀ ਨੇ ਧਿਆਨ ਧਰ ਕੇ ਵੇਖਿਆ ਤੇ ਧਰਤੀ ਸੜਦੀ ਹੋਈ ਨਜ਼ਰ ਆਈ, ਅੱਗ ਦੀਆਂ ਲਾਟਾਂ ਚੱਲਦੀਆਂ ਹੋਈਆਂ ਨਜ਼ਰ ਆਈਆਂ, ਕੋਈ ਧਰਮ ਨਹੀਂ ਨਜ਼ਰ ਆਇਆ, ਕੋਈ ਧਰਮੀ ਨਹੀਂ ਨਜ਼ਰ ਆਇਆ, ਧਰਮ ਵਿੱਚ ਪੈ ਕੇ ਵੀ ਉਹ ਹਾਲ ਹੋਇਆ ਪਿਆ। ਇਹ ਕਿਉਂ ਹੈ? ਵਾਹਿਗੁਰੂ ਡੁੱਬਾ ਸੰਸਾਰ, ਇਹ ਬਾਝੋ ਗੁਰੂ ਗਵਾਰ ਹੈ, ਹੈ ਕਰਦੀ ਸੁਣੀ ਲਿਖਾਈ।
ਇਹ ਬਿਨਾਂ ਗੁਰੂ ਤੋਂ ਇਹ ਹਾਲ ਇਹਨਾਂ ਦਾ। ਇਹ ਗੁਰੂ ਧਾਰਨ ਕਰਨ, ਇਹ ਸਤਸੰਗਤ ਵੀ ਜਾਣ, ਇਹ ਸਾਧੂ ਸੰਗਤ ਕਰਨ, ਇਹ ਨਾਮ ਜਪਣ, ਇਹਨਾਂ ਨੂੰ ਪਤਾ ਲੱਗੇ, ਇਹਨਾਂ ਨੂੰ ਸਮਤ ਮਿਲੇ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਉਦਾਸੀ ਦੀ ਰੀਤ ਚਲਾਈ। ਅਸੀਂ ਉਦਾਸੀਆਂ ਨੂੰ ਬਾਹਰ ਕੱਢ ਮਾਰਦੇ ਹਾਂ। ਬਾਬੇ ਨੇ ਉਦਾਸੀ ਬਣ ਕੇ ਦੁਨੀਆ ਵੱਲੋਂ ਉਦਾਸ ਹੋਣਾ, ਉਦਾਸੀ ਧਰਤੀ ਨੂੰ ਸੋਧਣ ਵਾਸਤੇ, ਲਕਾਈ ਨੂੰ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਨੂੰ ਸੋਧਣ ਵਾਸਤੇ ਆਏ ਆ। ਸੋਧਾ ਲਾਉਣ ਵਾਲਾ ਸੀ, ਹੁਣ ਵੀ ਸੋਧਾ ਲਾਉਣ ਵਾਲਾ ਸਾਰੇ ਸਿੱਖਾਂ ਵਿੱਚ ਵੀ, ਤਾਂ ਹੀ ਸਾਰੇ ਇੱਕ ਹੋ ਕੇ ਬਹਿਣਗੇ ਤੇ ਲਾਉਂਦੇ ਆ ਗੁਰੂ ਸਾਹਿਬ ਜਦੋਂ ਇਹਨਾਂ ਨੂੰ ਮੁਸ਼ਕਿਲਾਂ ਬਣਦੀਆਂ। 300 ਸਾਲ ਆਇਆ ਸੀ ਸਾਡੇ, ਚਲੋ ਮਹਾਂਪੁਰਖ ਤਾਂ ਪਾਸੇ ਛੱਡ ਦਿਓ, ਦੋ ਵੱਡੇ ਲੀਡਰ ਸੀ ਟੌੜਾ ਤੇ ਬਾਦਲ, ਉਹਨਾਂ ਦੀ ਲੜਾਈ ਨੇ 300 ਸਾਲ ਹੀ ਰੋਲਤਾ ਸੀ। ਉਹਨਾਂ ਨੇ ਹਿੰਡ ਨਹੀਂ ਛੱਡੀ ਆਪੋ ਆਪਣੀ। ਤੇ ਗੁਰੂ ਸਾਹਿਬ ਦਾ ਦਿਹਾੜਾ ਮਨਾਇਆ ਪਟਨਾ ਸਾਹਿਬ ਦੇ ਵਿੱਚ, ਇਹ 350 ਸਾਲ ਦਾ ਸੀ। ਹਾਂ, ਉਹ ਇੱਕ ਉਧਰਲੇ ਰਾਜਣੀ ਬਣਾ ਦਿੱਤਾ ਤੇ ਧੰਨ ਧੰਨ ਕਰਾ ਦਿੱਤੀ। ਇਹ ਸਾਰੀ ਧੰਨ ਧੰਨ ਕਹਿ ਕੇ ਆਏ, ਸ਼ਾਬਾਸ਼ ਦੇ ਕੇ ਆਏ ਹਿੰਦੁਸਤਾਨ ਦੇ, ਆਪਣੇ ਇੱਧਰ ਪੰਜਾਬ ਦੇ ਜਿੰਨੇ ਵੀ ਚੀਫ ਮਿਨਿਸਟਰ ਵੀ, ਕਮੇਟੀ ਦੇ ਪ੍ਰਧਾਨ ਵੀ, ਕਮੇਟੀਆਂ ਵਾਲੇ ਵੀ, ਸਾਧੂ ਸੰਤ ਮਹਾਂਪੁਰਖ ਵੀ, ਉੱਥੋਂ ਦੇ ਮੁੱਖ ਮੰਤਰੀ ਨੂੰ ਸਾਰੇ ਧੰਨ ਧੰਨ ਕਹਿ ਕੇ ਆਏ, ਉਹਦੇ ਵਧੀਆ ਪ੍ਰਬੰਧ ਨੂੰ ਵੇਖ ਕੇ। ਗੁਰੂ ਸਾਹਿਬ ਆਪੇ ਹੀ ਆਪਣਾ ਕਾਰਜ ਕਰਦੇ ਆ, ਸਾਨੂੰ ਤਾਂ ਸਾਰਿਆਂ ਪੁੱਤਾਂ ਨੂੰ ਇਕੱਠੇ ਹੋ ਕੇ ਬਹਿਣ ਦੀ ਲੋੜ ਏ। ਆਖੋ ਸ੍ਰੀ ਵਾਹਿਗੁਰੂ, ਚਾਹੇ ਬਾਪੂ ਦਾ ਜਨਮ ਦਿਹਾੜਾ ਮਨਾਓ, ਚਾਹੇ ਬਾਪੂ ਦੀ ਬਰਸੀ ਮਨਾਓ, ਪਰ ਇੱਕ ਉਸੇ ਬਾਪੂ ਦੀ ਛਤਰ ਛਾਇਆ ਹੇਠ ਇਕੱਠੇ ਹੋ ਕੇ ਬਹਿ ਜਾਓ ਤੇ ਸਾਰਿਆਂ ਨੂੰ ਬਿਠਾਲੋ। ਭਾਵੇਂ 550 ਸਾਲ ਮਨਾਓ, ਪਰ ਜੇ ਲੜਦੇ ਹੀ ਫਿਰਦੇ ਰਹੇ ਅਸੀਂ ਤਾਂ, ਜਿਹੜੇ ਜਿਹਨਾਂ ਨਾਲ ਮੇਲ ਜੋਲ ਜਾਂ ਸਾਡੇ ਕੋਲ ਆਉਂਦੇ ਆ, ਅਸੀਂ ਉਹਨਾਂ ਕਹਿੰਦੇ ਤੁਸੀਂ ਆਪਣਾ ਆਪਾ ਛੱਡੋ। ਜੇ ਇਸ 550 ਸਾਲ ਨੂੰ ਮਨਾਉਣਾ ਜੇ, ਤੇ ਤੁਹਾਡੇ ਕਿਤੇ ਅਕਾਲੀਆਂ ਦਾ ਆਪਾ ਨੁਕਸਾਨ ਨਾ ਕਰੇ, ਸਰਕਾਰ ਦਾ ਆਪਾ ਨੁਕਸਾਨ ਨਾ ਕਰੇ, ਸ਼੍ਰੋਮਣੀ ਕਮੇਟੀ ਦੀ ਹੋਮੇ ਆਪਾ ਨਾ ਨੁਕਸਾਨ ਕਰੇ। ਸਭ ਨੂੰ ਬਿਠਾਓ, ਸਭ ਮਹਾਂਪੁਰਖਾਂ ਨੂੰ ਮਾਣ ਦਿਓ, ਸਭ ਨੂੰ ਸੱਦੋ, ਜਿਹਨਾਂ ਕੋਲ ਬਾਬਾ ਨਾਨਕ ਗਿਆ ਸੀ ਸਭ ਨੂੰ ਬੁਲਾ ਲਓ, ਪੂਰੀ ਰੌਣਕ ਲਾਓ। ਤੇ ਗੁਰੂ ਨਾਨਕ ਸਾਹਿਬ ਦਾ 550 ਸਾਲ ਮਨਾਓ, ਬਾਬਾ ਨਾਨਕ ਵੀ ਪੂਰਾ ਪ੍ਰਸੰਨ ਹੋਏਗਾ। ਆਖੋ ਸੀ ਅੱਧ ਬਾਬੇ ਨਾਨਕ ਦਾ ਪਾਕਿਸਤਾਨ ਵਿੱਚ, ਅੱਧ ਪੰਜਾਬ ਦੇ ਵਿੱਚ, ਤੇ ਸਾਰਿਆਂ ਹੋਰ ਦੇਸ਼ਾਂ ਵਿੱਚ ਵੀ ਬਾਬੇ ਨਾਨਕ ਦੇ ਬੜੇ ਸਥਾਨ ਨੇ। ਸਾਡੀ ਜਿਹੜੀ ਵਿਚਾਰਧਾਰਾ ਹੈ ਉਹ ਜੋੜਨ ਵਾਲੀ ਨਹੀਂ, ਅਸੀਂ ਤੋੜਨ ਵਾਲੀ ਲੈ ਲਈ ਦੂਜਿਆਂ ਧਰਮਾਂ ਤੋਂ, ਦੂਜੇ ਕੱਟੜ ਧਰਮਾਂ ਤੋਂ ਅਸੀਂ ਤੋੜਨ ਵਾਲੀ ਵਿਚਾਰਧਾਰਾ ਲੈ ਕੇ ਬਹਿ ਗਏ। ਪਰ ਸਾਡੇ ਸਾਨੂੰ ਬਾਬੇ ਨੇ ਵਿਚਾਰਧਾਰਾ ਦਿੱਤੀ ਸੀ ਸਭ ਨੂੰ ਜੋੜਨ ਵਾਲੀ। ਪਹਿਲਾਂ ਬਾਬੇ ਪਾਇਆ ਬਖਸ਼ ਦਰ, ਇੱਥੋਂ ਸ਼ੁਰੂ ਹੋਈ ਸੀ। ਪਿੱਛੇ ਦੇ ਫਿਰ ਘਾਲ ਕਮਾਈ, ਫਿਰ ਕਿਤੇ ਮੱਤ ਸੇਜੇ ਕੰਤ ਨਾ ਆਵੀ, ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ, ਮੱਤ ਸੇਜੇ ਕੰਤ ਨਾ ਆਵੀ, ਐਵੇਂ ਵਿਰਥਾ ਜਾਏ। ਦੁਨੀਆਂ ਆਖੇ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਦਿਹਾੜਾ ਮਨਾਇਆ ਏ,
सारे धन धन करते जान 350-350 साल गुरु नानक साहब का 550 साल मनाया होवे हिंदू मुसलमान पाकिस्तान हिंदुस्तान बाकी देश भी प्रभावित हो जाए प्रभावित ता हो गए जे किसी की होमे ना बैठी होगी सरकार लड़न गिया हिंदुस्तान पाकिस्तान जे सरकार की होमे होगी सिख होना माण वाली गल है सिख का माण करना हानि वाली गल है कि मैं ही सिख हाँ और कोई सिख ही नहीं ये दुविधा ने साड़ साड़ के रखे है गुरु भगत कबीर जी महापुरखा तत् कड़े होंगे जह मार्ग पंडित गए पाशे परी बहीर एक औकट घाटी राम की तय चढ़ रहे हो कबीर कहिंदे राम दी औखी घाटी कबीर चढ़ गया पंडतां दे पिछे तां बहीर लगी हुई है जिधर पंडित गए वो उसे पासे ये तुरे जांदे आ लोग मगर बहीर तुरी जांदी है पर राम दी घाटी कबीर चढ़ गया पंडता गुरु साहब ने कहा सी जावे गए विपरन की रीत सिख पंडित ते मलाने वर्गे बड़े बैठे ने यह पंडित मलाने बनन दी लोड़ नहीं गुरु नानक साहब दी सिख्या गरीबी नाल बाबा गरीबी लेके आया विशेष तौर ते नौ निध नाम दरगाह विचो गुरु नानक साहब गरीबी लेके आया ते ऐ हिंदुस्तान वालियो ऐ गुरु नानक साहब नूं मन्नण वालियो गुरु नानक नाम लेवा सिखो संप्रदायक जिन्ने महापुरख राजे महाराजे सरकारां सारयां नूं मैं की आवाज दिंदा कि जे तुहाडे अंदर शौक है गुरु नानक साहब दे 550 साल मनाउण दा ते एक चीज लै लो गुरु नानक कोलो ले लो दात गरीबी दी नानक कोलो ले लो दात गरीबी दी होर की को नहीं मिलनी दात गरीबी दी होर की को नहीं मिलनी दात गरीबी दी गुरु नानक कोलो ले लो दात गरीबी दी गुरु नानक कोलो ले लो दात गरीबी दी होर की को नहीं मिलनी दात गरीबी दी होर की को नहीं मिलनी दात गरीबी दी गुरु नानक कोलो सब दे कार्य करन वाला सब ते वड्डा सतगुरु नानक सारिया तो उच्चा सारिया तो वड्डा सबड़ा गल्लां च समर्थ बस बाबे नानक नू कहो बाबा जी आपदा जन्म दिहाड़ा आप ही मना लवो आखो सी सानू दियो समत असियां पटके होए ਅਸੀਂ ਆਪਣੀ ਹੋਮੇ ਛੱਡਣ ਨੂੰ ਤਿਆਰ ਨਹੀਂ ਬਾਬਾ ਨਾਨਕਾ ਤੇਰੀ ਗਰੀਬੀ ਲੈਣ ਨੂੰ ਅਸੀਂ ਤਿਆਰ ਨਹੀਂ ਤੇ ਤੇਰਾ 550 ਕਿੱਥੋਂ ਬਣਾ ਲਾਂਗੇ ਅਸੀਂ ਤਾਂ ਇੱਕੜੀ ਬਣਾ ਸਕੇ ਹੋਵਾਂਗੇ ਇਹ ਤਾਂ 550 ਦੀ ਗੱਲ ਏ ਇਸ 550 ਨੂੰ ਮਨਾਉਣ ਵਾਸਤੇ ਤੁਸੀਂ ਆਪ ਹੀ ਕਿਰਪਾ ਕਰੋ
ਸਾਰਿਆਂ ਦੇ ਹਿਰਦਿਆਂ 'ਚ ਪਹਿਲੀ ਆਵਾਜ਼ ਦਾਸ ਨੇ ਦਿੱਤੀ ਸੀ। 550 ਸਾਲਾਂ ਮਨਾਉਣ ਵਾਲਿਓ, ਬਾਬੇ ਨਾਨਕ ਦੀ ਪਹਿਲੀ ਪੌੜੀ ਪੜ੍ਹੋ ਸਾਰੇ, ਛੇ ਛੇ ਮਾਲਾ ਰੋਜ਼। ਅੱਜ ਦੂਜੀ ਬੇਨਤੀ ਹੈ ਅਰਦਾਸ ਸਾਹਿਬ ਨੂੰ ਕਿ ਸਾਰੇ ਗਰੀਬੀ ਲੈ ਲਓ ਗੁਰੂ ਨਾਨਕ ਤੋਂ, ਗਰੀਬ ਹੋ ਜਾਓ। ਕਿਸੇ ਨੂੰ ਦੂਜੀ ਅੱਖ ਨਾਲ ਨਾ ਵੇਖੋ ਕੀ ਸਰਕਾਰ ਹੈ, ਕੀ ਪਾਕਿਸਤਾਨ ਹੈ, ਕੀ ਹਿੰਦੁਸਤਾਨ ਹੈ, ਕੀ ਆ ਸੰਪਰਦਾਵਾਂ ਨੇ, ਕੀ ਆ ਆਪਾਂ ਆਪਣੇ ਸਿੱਖੀ ਧਰਮ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਨੇ, ਸਾਰੇ ਇਕੱਠੇ ਹੋ ਕੇ ਬਾਬੇ ਨਾਨਕ ਦੀ ਆਵਾਜ਼ 'ਤੇ, ਬਾਬੇ ਨਾਨਕ ਦੇ ਸੱਦੇ 'ਤੇ ਪਹੁੰਚੋ ਅਤੇ ਗੁਰੂ ਨਾਨਕ ਸਾਹਿਬ ਦੇ ਅਵਤਾਰ ਦਿਹਾੜੇ 'ਤੇ ਆਪਾਂ ਆਪਣੀਆਂ ਨਾ ਸੁਣਾਈਏ। ਇਹ ਨਾ ਕਹੀਏ ਅਸੀਂ 550 ਤੇ ਆਪਣੀਆਂ ਹੀ ਸੁਣਾਉਣੀਆਂ ਏ, ਬਾਬੇ ਨਾਨਕ ਦੀਆਂ ਉੱਥੇ ਸੁਣ ਲਈਏ ਜਾ ਕੇ। ਆਖੋ ਅਸੀਂ ਜਿਹਨੇ ਸਾਰੀ ਧਰਤੀ ਨੂੰ ਸਜਾ ਸੁਣਾ ਕੇ ਜਿੱਤੀ ਨੌ ਖੰਡ ਮੇਦਨੀ ਸਤਨਾਮ ਦਾ ਚੱਕਰ ਚਲਾ, ਜਿਹਨੇ ਸਾਰੀ ਧਰਤੀ ਜਿੱਤ ਲਈ ਸੀ, ਉਸ ਬਾਬੇ ਕੋਲ, ਉਸ ਬਾਬੇ ਦੀ ਸੁਣ ਲਈਏ 550 ਸਾਲ 'ਚ। ਅਤੇ ਫਿਰ ਕੀ ਹੈ, ਫਿਰ ਨਾ ਕੋਈ ਪਾਕਿਸਤਾਨ, ਨਾ ਕੋਈ ਹਿੰਦੁਸਤਾਨ, ਨਾ ਕੋਈ ਤੂੰ ਨਾ ਮੈਂ, ਨਾ ਕਿਸੇ ਨੂੰ ਰੁਕਾਵਟ ਨਨਕਾਣਾ ਸਾਹਿਬ ਦੀ, ਨਾ ਕਿਸੇ ਨੂੰ ਰੁਕਾਵਟ ਸੁਲਤਾਨਪੁਰ ਦੀ, ਨਾ ਕਿਸੇ ਨੂੰ ਕਰਤਾਰਪੁਰ ਦੀ। ਜਦੋਂ ਗੁਰੂ ਨਾਨਕ ਸਾਹਿਬ ਹੋਣਗੇ ਤਾਂ ਸਾਰਿਆਂ ਨੂੰ ਸਮੱਤ ਦੇ ਦੇਣਗੇ, ਸਾਰਿਆਂ ਦੀ ਬਖਸ਼ਿਸ਼ ਕਰ ਦੇਣਗੇ। ਇਸ ਕਰਕੇ ਭਾਈ, ਗੁਰੂ ਨਾਨਕ ਸਾਹਿਬ ਦੇ ਬੋਲਾਂ ਨੂੰ ਸਮਝੋ, ਬੋਲਾਂ ਨੂੰ। ਬੋਲ ਨਹੀਂ ਜਾਣਦਾ ਤੇ ਮਾਇਆ ਦਾ ਮੱਧ ਵਿੱਚ ਫਸਿਆ ਆਦਮੀ ਨਹੀਂ ਜਾਣਦਾ। ਬੋਲ ਨਾ ਜਾਣੇ ਮਾਇਆ ਮੱਧ ਮਾਤਾ, ਮਰਨਾ ਨਹੀਂ ਚੇਤੇ ਇਹਨਾਂ ਨੂੰ ਜਿਹੜੇ ਹੰਕਾਰੀ ਬਣੇ ਬੈਠੇ। ਕੀ ਇਹ ਆਪਣਾ, ਗੁਰੂ ਸਾਹਿਬ ਕਹਿੰਦੇ ਤੂੰ ਆਪਦਾ ਜਸ ਕਰਾ ਲਿਆ, ਕੀ ਕਰਾ ਲਿਆ? ਨਾਨਕਾ ਸਭ ਆਓ, ਇਹ ਹਵਾ ਹੀ ਜਿਹੜੀ ਅਸੀਂ ਲੈਂਦੇ ਫਿਰਨੇ ਹਾਂ। ਗੁਰੂ ਨਾਨਕ ਸਾਹਿਬ ਸਾਰੇ ਜਗਤ ਦੇ ਗੁਰੂ ਨੇ, ਬਾਬਾ ਨਾਨਕ ਨਾਂ ਉਹਦੇ। ਇਹ ਹਿੰਦੁਸਤਾਨ ਵੇਖਣ ਨੂੰ ਨਹੀਂ ਮਿਲਣਾ ਸੀ, ਹਿੰਦੁਸਤਾਨੀ ਕੀ ਇਹ ਵੇਖਣ ਨੂੰ ਨਹੀਂ ਲੱਭਣਾ ਸੀ। ਸੰਤਾਂ ਨੂੰ ਕਿਸੇ ਨੇ ਕਿਹਾ ਸੀ, ਸੰਤ ਮਹਾਂਪੁਰਸ਼ ਗਿਆਨੀ ਹਰਨਾਮ ਸਿੰਘ ਜੀ ਕਹਿ ਰਹੇ ਸੀ ਵੀ ਤੁਸੀਂ ਕਿਸ ਚੀਜ਼ ਨੂੰ ਮਾਨਤਾ ਦਿੰਦੇ ਹੋ, ਹਿੰਦੁਸਤਾਨ ਏ, ਭਾਰਤ ਏ, ਇੰਡੀਆ ਏ? ਕਹਿੰਦੇ ਜੀ ਅਸੀਂ ਤਾਂ ਹਿੰਦੁਸਤਾਨ ਨੂੰ ਦਿੰਦੇ ਹਾਂ। ਗੁਰੂ ਸਾਹਿਬ ਨੇ ਹਿੰਦੁਸਤਾਨ ਦਾ ਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ, ਦੋ ਵਾਰੀ, ਤਿੰਨ ਵਾਰੀ ਜਾਂ ਜਿੰਨੀ ਵਾਰੀ ਵੀ ਆਇਆ, ਹਿੰਦੁਸਤਾਨ ਦਾ ਨਾਮ ਆਇਆ ਹੈ। ਇਸ ਕਰਕੇ ਅਸੀਂ ਹਿੰਦੁਸਤਾਨ ਨੂੰ ਮੰਨਦੇ। ਮਹਾਂਪੁਰਖ ਕਹਿਣ ਲੱਗੇ, ਨਾਲੇ ਪੂਰੇ ਜਜ਼ਬਾਤ ਵਾਲੇ ਸੀ। ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੰਥ 'ਤੇ ਚੱਲਣ ਵਾਲੇ, ਖਾਲਸਾ ਰਾਜ ਦੀ ਪੂਰੀ ਇੱਛਾ ਰੱਖਣ ਵਾਲੇ, ਉਹ ਕਹਿ ਰਹੇ ਸੀ ਮੈਂ ਹਿੰਦੁਸਤਾਨ ਨੂੰ ਮਾਨਤਾ ਦੇਣਾ, ਮੰਨਦਾ ਮੈਂ ਇਸ। ਗੁਰੂ ਨਾਨਕ ਸਾਹਿਬ ਕੋਲੋਂ ਸਾਰੀ ਗਰੀਬੀ ਲੈ ਲਓ ਅਤੇ ਆਪਾਂ ਛੱਡ ਕੇ ਸੇਵਾ ਦੇ ਵਿੱਚ ਜੁੜ ਜਾਓ। ਅਤੇ ਬਾਬਾ ਨਾਨਕ ਜੀ ਆਏ ਸੀ, ਧਰਤੀ 'ਤੇ ਠੰਡ ਵਰਤਾਤੀ ਸੀ, ਬਾਬੇ ਨਾਨਕ ਦਾ ਅਵਤਾਰ ਦਿਹਾੜਾ ਆਵੇ ਅਤੇ ਠੰਡ ਵਰਤਾ ਜਾਵੇ, ਸਾਰੇ ਹੋਈ ਸ੍ਰਿਸ਼ਟ ਠਰ। ਆਉਣਾ ਅਤੇ ਮਨਾਉਣਾ ਇੱਕ ਹੋ ਜਾਂਦਾ ਏ ਜੇਕਰ ਸਾਰੀਆਂ ਭਾਵਨਾਵਾਂ ਇੱਕ ਹੋ ਜਾਣ। ਬਾਬੇ ਨਾਨਕ ਦਾ ਆਉਣਾ ਅਤੇ ਬਾਬੇ ਨਾਨਕ ਦਾ ਅੱਜ 550 ਸਾਲ ਮਨਾਉਣਾ ਇੱਕ ਹੋ ਜਾਏਗਾ। ਕਹਿੰਦੇ ਨੇ ਗੁਰੂ ਨਾਨਕ ਵਰਗੇ ਮਹਾਂਪੁਰਸ਼ ਅਵਤਾਰ ਧਰਤੀ 'ਤੇ ਆਉਣ ਅਤੇ ਇੰਨਾ ਫਲ ਧਰਤੀ ਨੂੰ ਮਿਲਦਾ ਏ ਜਿੰਨਾ ਕਿ ਪੂਰੀ ਸ੍ਰਿਸ਼ਟੀ ਨਾਮ ਜਪੇ
ਤੇ ਰੱਬ ਨਾਮ ਤੇ ਖੁਸ਼ ਹੋ ਕੇ ਸਭ ਨੂੰ ਦਰਸ਼ਨ ਦੇਵੇ। ਸਾਰੀ ਸ੍ਰਿਸ਼ਟੀ ਇੱਕ 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 ਬੰਦਾ ਨਹੀਂ ਨਾਮ ਜਪੇ ਤੇ ਰੱਬ ਮਿਲ ਜਾਵੇ, ਪੂਰੀ ਸ੍ਰਿਸ਼ਟੀ ਨਾਮ ਜਪੇ ਤੇ ਰੱਬ ਮਿਲ ਜਾਵੇ, ਇੰਨਾ ਫਲ ਮਿਲ ਜਾਂਦਾ ਜੇ ਬਾਬਾ ਨਾਨਕ ਜੀ ਵਰਗੇ ਅਵਤਾਰ ਧਰਤੀ ਦੇ ਆ ਜਾਣ। ਆਖੋ ਸੀ ਧਰਤੀ ਨੂੰ ਇੰਨਾ ਫਲ ਮਿਲਦਾ ਹੈ ਬਾਬਾ ਜੀ ਦੇ ਅਵਤਾਰ ਧਾਰਨ ਦਾ, ਏਡਾ ਵੱਡਾ ਫਲ ਹੈ ਤੇ ਬਾਬਾ ਜੀ ਦੇ 550 ਸਾਲ ਮਨਾਉਣ ਦਾ ਇੰਨਾ ਫਲ ਮਿਲੇਗਾ ਸਾਰੀ ਸ੍ਰਿਸ਼ਟੀ ਨੂੰ ਜਿਵੇਂ ਰੱਬ ਮਿਲ ਗਿਆ। ਆਖੋ ਸੀ ਤੇ ਸਾਰੀ ਸ੍ਰਿਸ਼ਟੀ ਦੀ ਭਗਤੀ ਥਾਂ ਪੈ ਗਈ, ਸਾਰੀ ਸੁਣੀ ਪੁਕਾਰ ਪੁਕਾਰ ਸੁਣੀ ਗਈ ਸਭ ਦੀ, ਤੇ ਸਭ ਨੂੰ ਤਾਰਨ ਵਾਸਤੇ ਰੱਬ ਆਇਆ। ਆਪਣੇ ਮਾਇਆ ਦੇ ਹਉਮੈ ਨਾ ਦਿਖਾਵੋ, ਆਪਣੀ ਮਾਇਆ ਆਪਣੀ ਹਉਮੈ ਨਾ ਦਿਖਾਵੋ, ਆਪਾਂ ਨਾ ਦਿਖਾਵੋ ਮੈਂ ਮਨਾ ਰਿਹਾ ਮੈਂ ਕਰ ਰਿਹਾ, ਚੌਧਰੀ ਹੋ ਕੇ ਅੱਗੇ ਬਹਿਣ ਦਾ ਸੁਭਾਅ ਨਾ ਬਣਾਓ, ਪਿੱਛੇ ਹੋ ਕੇ ਬਹਿਣ ਦੀ ਆਦਤ ਬਣਾ ਲਓ। ਬਹੁਤਾ ਕੁਝ ਸੁਣਾਉਣ ਵਾਲੇ ਨਾ ਬਣੋ, ਸੁਣਨ ਵਾਲੇ ਬਣ ਜਾਓ ਸਰੋਤੇ। ਝੋਲੀਆਂ ਭਰ ਲਓ ਗੁਰੂ ਨਾਨਕ ਸਾਹਿਬ ਤੋਂ। ਹੁਣ ਸਮਾਪਤੀ ਹੈ, ਹੁਕਮਨਾਮਾ ਸਰਵਣ ਕਰੋ ਸਾਰੀਆਂ ਸੰਗਤਾਂ ਨੂੰ ਜੀ ਆਏ ਹੁਣ, ਸਾਰੇ ਮਹਾਂਪੁਰਸ਼ਾਂ ਨੂੰ, ਸਾਰੀ ਸਾਧ ਸੰਗਤ ਨੂੰ। ਹਰ ਜਸ ਗਾਇਓ ਸੰਜਨਾ ਮਿਲ ਪਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ।